ਵੀ ਜੇ ਇਹਨਾਂ ਨੇ ਸ਼ਰਾਬ ਪੀਣੀ ਆ ਜਾਂ ਇਹਨਾਂ ਨੇ ਇਹੋ ਜਿਹੇ ਪੁੱਠੇ ਕੰਮ ਕਰਨੇ ਇਜਾਸ਼ੀਆਂ ਕਰਨੀਆਂ ਅਤੇ ਬਈ ਇਹ ਕੰਮ ਛੱਡ ਦੇਣ, ਹੈ ਨਾ, ਸਿੱਖੀ ਬਾਣੇ 'ਚ ਬਾਹਰ ਚਲੇ ਜਾਣ। ਜਿੰਨਾ ਚਿਰ ਸਿੱਖੀ ਬਾਣੇ 'ਚ ਰਹਿਣਗੇ ਉਹ ਸਿੱਖੀ ਬਾਣੇ 'ਚ ਰਹਿ ਕੇ ਉਹ ਗਲਤ ਕਰਮ ਕਰਦਾ ਅਤੇ ਉਹਦੇ ਨਾਲ ਸਾਰੇ ਸਿੱਖ ਪੰਥ ਦਾ ਸਿਰ ਨੀਵਾਂ ਹੁੰਦਾ। ਉਹਨਾਂ 'ਚ ਭਾਵੇਂ ਮੈਂ ਹੀ ਹੋਵਾਂ, ਵੇਖੋ ਮੈਂ ਹੁਣ ਅੱਜ ਤੋਂ 16 ਸਾਲ ਪਹਿਲਾਂ ਮੈਂ ਕਲੀਨ ਸ਼ੇਵ ਵੀ, ਮੇਰੀ ਜ਼ਿੰਦਗੀ 'ਚ 50 ਗਲਤੀਆਂ ਹੋਈਆਂ ਹੋਣਗੀਆਂ, ਲੇਕਿਨ ਮੇਰੀ ਜ਼ਿੰਦਗੀ ਦੀ ਆਹ ਸ਼ੁਰੂਆਤ ਜਿਹੜੀ ਹੈ ਜਦੋਂ ਮੈਂ ਇਸ ਬਾਣੇ 'ਚ ਆਉਂਦਾ ਵਾਂ, ਜੇ ਉਹ ਤੋਂ ਹੁਣ ਬਾਣਾ ਪਾ ਕੇ ਵੀ ਗਲਤੀਆਂ ਕਰੀ ਜਾਊਂਗਾ ਤਾਂ ਫਿਰ ਮੈਂ ਸਿੱਖ ਥੋੜ੍ਹਾ ਹੈਗਾ, ਫਿਰ ਤਾਂ ਮੈਂ ਵੀ ਸਜ਼ਾ ਦਾ ਹੱਕਦਾਰ ਹਾਂ ਅਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਦੋਂ ਮਰਜ਼ੀ ਸੱਦ ਸਕਦਾ। ਜਿਹੜੇ ਕਹਿੰਦੇ ਨੇ ਵੀ ਅਕਾਲ ਤਖਤ ਸਾਹਿਬ ਜਥੇਦਾਰ ਹੀ ਫੈਸਲਾ ਕਰ ਸਕਦਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦੇ ਉੱਤੇ ਵੀ ਬਿਆਨ ਦੇਣਗੇ ਵੀ ਜਿਹੜੇ ਵੀ ਇੱਦਾਂ ਦਾ ਸਾਡੇ ਸਮਾਜ ਨੂੰ ਖਰਾਬ ਕਰ ਰਹੇ, ਦਾਗੀ ਕਰ ਰਹੇ ਆ, ਉਹਨਾਂ ਨੂੰ ਸਾਵਧਾਨ ਜ਼ਰੂਰ ਕਰਨਗੇ। ਮੈਂ ਥੋੜ੍ਹੇ ਦਿਨਾਂ ਦੇ ਵਿੱਚ ਮਿਲ ਰਿਹਾ ਉਹਨਾਂ ਨੂੰ, ਠੀਕ ਹੈ ਜੀ, ਕਿਉਂਕਿ ਇਸ ਟਾਈਮ ਤੁਸੀਂ ਜਾਣਦੇ ਹੀ ਆ ਗਿਆਨੀ ਹਰਪ੍ਰੀਤ ਸਿੰਘ ਜੀ ਹੋਣੀ, ਜਿਵੇਂ ਕਿ ਬਲਟੋਏ ਵੱਲੋਂ, ਵਿਰਸੇ ਬਲਟੋਏ ਵੱਲੋਂ ਬਹੁਤ ਮੱਦੀ ਭੱਦੀ ਸ਼ਬਦਾਵਲੀ ਵਰਤੀ ਗਈ ਆ ਉਹਨਾਂ ਦੀ ਜਾਤ ਨੂੰ ਲੈ ਕੇ, ਉਹਨਾਂ ਦੀਆਂ ਬੱਚੀਆਂ ਬਾਰੇ, ਉਹਨਾਂ ਦੇ ਪਰਿਵਾਰ ਬਾਰੇ। ਉਹਨਾਂ ਨੂੰ ਇੱਕ ਗੱਲ ਕਹਿ ਦੇਣਾ ਚਾਹੁੰਦੇ ਹਾਂ ਵੀ ਬਲਟੋਆ ਸਾਹਿਬ, ਤੁਹਾਡੇ ਵੀ ਸਿਰ 'ਤੇ ਪੱਗ ਆ ਅਤੇ ਚਿੱਟਾ ਤੁਹਾਡਾ ਦਾੜਾ ਵਾ, ਅਸੀਂ ਮੰਦੀ ਸ਼ਬਦਾਵਲੀ ਤੁਹਾਨੂੰ ਵਰਤਣੀ ਨਹੀਂ ਆ, ਬਸ ਇੰਨਾ ਕਹਿ ਦਿੰਦੇ ਹਾਂ ਵੀ ਪੰਜਾਬ ਦੇ ਵਿੱਚ ਕੋਈ ਬੰਦਾ ਬਾਂਹ ਖੜੀ ਕਰਕੇ ਇੱਕ ਵਾਰੀ ਆ ਜਾਵੇ ਦੱਸ ਕੇ ਵੀ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਨੰਗਾ ਕਰਨਾ ਜਾਂ ਗਿਆਨੀ ਹਰਪ੍ਰੀਤ ਸਿੰਘ ਦੀ ਪੱਗ ਵੱਲ ਵੇਖਣਾ, ਸਾਡੇ ਮਤਭੇਦ ਹੋ ਸਕਦੇ, ਆਪਸੀ ਵਿਚਾਰਾਂ ਚੱਲਦੀਆਂ ਰਹਿਣੀਆਂ, ਜਿੰਨਾ ਚਿਰ ਜ਼ਿੰਦਗੀ ਆ ਉਹਨਾਂ ਚਿਰ ਆਪਸੀ ਭਰਾਵਾਂ ਦੀ ਇੱਕ ਦੂਜੇ ਦੇ ਉੱਤੇ ਟਿੱਪਣੀ ਬਣੀ ਆ, ਉਹ ਹੁੰਦੀ ਰਹਿਣੀ ਆ, ਲੇਕਿਨ ਸਾਡੇ ਪਰਿਵਾਰਾਂ ਵੱਲ ਜੇ ਕੋਈ ਮੈਲੀ ਅੱਖ ਕਰੂਗਾ ਨਾ, ਭਾਵੇਂ ਜਿਹੜਾ ਮਰਜ਼ੀ ਹੋਵੇ ਦੁਨੀਆ ਦਾ ਆਪਣੇ ਆਪ ਨੂੰ ਰਾਜਾ ਦੱਸਣ ਵਾਲਾ ਹੋਵੇ, ਧੌਣ ਚੋਂ ਕਿੱਲਾ ਕੱਢਾਂਗੇ ਵੀ ਜੇ ਇਹਨਾਂ ਨੇ ਸ਼ਰਾਬ ਪੀਣੀ ਆ ਜਾਂ ਇਹਨਾਂ ਨੇ ਇਹੋ ਜਿਹੇ ਪੁੱਠੇ ਕੰਮ ਕਰਨੇ ਇਜਾਸ਼ੀਆਂ ਕਰਨੀਆਂ ਅਤੇ ਬਈ ਇਹ ਕੰਮ ਛੱਡ ਦੇਣ, ਹੈ ਨਾ, ਸਿੱਖੀ ਬਾਣੇ 'ਚੋਂ ਬਾਹਰ ਚਲੇ ਜਾਣ। ਜਿੰਨਾ ਚਿਰ ਸਿੱਖੀ ਬਾਣੇ 'ਚ ਰਹਿਣਗੇ ਉਹ ਸਿੱਖੀ ਬਾਣੇ 'ਚ ਰਹਿ ਕੇ ਉਹ ਗਲਤ ਕਰਮ ਕਰਦਾ ਅਤੇ ਉਹਦੇ ਨਾਲ ਸਾਰੇ ਸਿੱਖ ਪੰਥ ਦਾ ਸਿਰ ਨੀਵਾਂ ਹੁੰਦਾ। ਉਹਨਾਂ 'ਚ ਭਾਵੇਂ ਮੈਂ ਹੀ ਹੋਵਾਂ, ਵੇਖੋ ਮੈਂ ਹੁਣ ਅੱਜ ਤੋਂ 16 ਸਾਲ ਪਹਿਲਾਂ ਮੈਂ ਕਲੀਨ ਸ਼ੇਵ ਵੀ, ਮੇਰੀ ਜ਼ਿੰਦਗੀ 'ਚ 50 ਗਲਤੀਆਂ ਹੋਈਆਂ ਹੋਣਗੀਆਂ, ਲੇਕਿਨ ਮੇਰੀ ਜ਼ਿੰਦਗੀ ਦੀ ਆਹ ਸ਼ੁਰੂਆਤ ਜਿਹੜੀ ਹੈ ਜਦੋਂ ਮੈਂ ਇਸ ਬਾਣੇ 'ਚ ਆਉਂਦਾ ਵਾਂ, ਜੇ ਉਹ ਤੋਂ ਹੁਣ ਬਾਣਾ ਪਾ ਕੇ ਵੀ ਗਲਤੀਆਂ ਕਰੀ ਜਾਊਂਗਾ ਤਾਂ ਫਿਰ ਮੈਂ ਸਿੱਖ ਥੋੜ੍ਹਾ ਹੈਗਾ, ਫਿਰ ਤਾਂ ਮੈਂ ਵੀ ਸਜ਼ਾ ਦਾ ਹੱਕਦਾਰ ਹਾਂ ਅਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਦੋਂ ਮਰਜ਼ੀ ਸੱਦ ਸਕਦਾ। ਜਿਹੜੇ ਕਹਿੰਦੇ ਨੇ ਵੀ ਅਕਾਲ ਤਖਤ ਸਾਹਿਬ ਜਥੇਦਾਰ ਹੀ ਫੈਸਲਾ ਕਰ ਸਕਦਾ, ਅਕਾਲ ਤਖਤ ਸਾਹਿਬ ਦਾ ਜਥੇਦਾਰ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦੇ ਉੱਤੇ ਵੀ ਬਿਆਨ ਦੇਣਗੇ ਵੀ ਜਿਹੜੇ ਵੀ ਇੱਦਾਂ ਦਾ ਸਾਡੇ ਸਮਾਜ ਨੂੰ ਖਰਾਬ ਕਰ ਰਹੇ, ਦਾਗੀ ਕਰ ਰਹੇ ਆ, ਉਹਨਾਂ ਨੂੰ ਸਾਵਧਾਨ ਜ਼ਰੂਰ ਕਰਨਗੇ। ਮੈਂ ਥੋੜ੍ਹੇ ਦਿਨਾਂ ਦੇ ਵਿੱਚ ਮਿਲ ਰਿਹਾ ਉਹਨਾਂ ਨੂੰ, ਠੀਕ ਹੈ ਜੀ, ਕਿਉਂਕਿ ਇਸ ਟਾਈਮ ਤੁਸੀਂ ਜਾਣਦੇ ਹੀ ਆ ਗਿਆਨੀ ਹਰਪ੍ਰੀਤ ਸਿੰਘ ਜੀ ਹੋਣੀ, ਜਿਵੇਂ ਕਿ ਬਲਟੋਏ ਵੱਲੋਂ, ਵਿਰਸੇ ਬਲਟੋਏ ਵੱਲੋਂ ਬਹੁਤ ਮੱਦੀ ਭੱਦੀ ਸ਼ਬਦਾਵਲੀ ਵਰਤੀ ਗਈ ਆ ਉਹਨਾਂ ਦੀ ਜਾਤ ਨੂੰ ਲੈ ਕੇ, ਉਹਨਾਂ ਦੀਆਂ ਬੱਚੀਆਂ ਬਾਰੇ, ਉਹਨਾਂ ਦੇ ਪਰਿਵਾਰ ਬਾਰੇ। ਉਹਨਾਂ ਨੂੰ ਇੱਕ ਗੱਲ ਕਹਿ ਦੇਣਾ ਚਾਹੁੰਦੇ ਹਾਂ ਵੀ ਬਲਟੋਆ ਸਾਹਿਬ, ਤੁਹਾਡੇ ਵੀ ਸਿਰ 'ਤੇ ਪੱਗ ਆ ਅਤੇ ਚਿੱਟਾ ਤੁਹਾਡਾ ਦਾੜਾ ਵਾ, ਅਸੀਂ ਮੰਦੀ ਸ਼ਬਦਾਵਲੀ ਤੁਹਾਨੂੰ ਵਰਤਣੀ ਨਹੀਂ ਆ, ਬਸ ਇੰਨਾ ਕਹਿ ਦਿੰਦੇ ਹਾਂ ਵੀ ਪੰਜਾਬ ਦੇ ਵਿੱਚ ਕੋਈ ਬੰਦਾ ਬਾਂਹ ਖੜੀ ਕਰਕੇ ਇੱਕ ਵਾਰੀ ਆ ਜਾਵੇ ਦੱਸ ਕੇ ਵੀ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਨੰਗਾ ਕਰਨਾ ਜਾਂ ਗਿਆਨੀ ਹਰਪ੍ਰੀਤ ਸਿੰਘ ਦੀ ਪੱਗ ਵੱਲ ਵੇਖਣਾ, ਸਾਡੇ ਮਤਭੇਦ ਹੋ ਸਕਦੇ, ਆਪਸੀ ਵਿਚਾਰਾਂ ਚੱਲਦੀਆਂ ਰਹਿਣੀਆਂ, ਜਿੰਨਾ ਚਿਰ ਜ਼ਿੰਦਗੀ ਆ ਉਹਨਾਂ ਚਿਰ ਆਪਸੀ ਭਰਾਵਾਂ ਦੀ ਇੱਕ ਦੂਜੇ ਦੇ ਉੱਤੇ ਟਿੱਪਣੀ ਬਣੀ ਆ, ਉਹ ਹੁੰਦੀ ਰਹਿਣੀ ਆ, ਲੇਕਿਨ ਸਾਡੇ ਪਰਿਵਾਰਾਂ ਵੱਲ ਜੇ ਕੋਈ ਮੈਲੀ ਅੱਖ ਕਰੂਗਾ ਨਾ, ਭਾਵੇਂ ਜਿਹੜਾ ਮਰਜ਼ੀ ਹੋਵੇ ਦੁਨੀਆ ਦਾ ਆਪਣੇ ਆਪ ਨੂੰ ਰਾਜਾ ਦੱਸਣ ਵਾਲਾ ਹੋਵੇ, ਧੌਣ ਚੋਂ ਕਿੱਲਾ ਕੱਢਾਂਗੇ।